ਲਓ ਵੀ ਹਰਿਆਣੇ ਜਾਂ ਪੈਂਟਰ ਹੋ ਗਏ। ਲਓ ਵੀ ਬਾਈ ਨੇ ਦੋ ਚੀਜ਼ਾਂ ਦਿੱਤੀਆਂ ਬਣਾ ਕੇ ਇੱਕ ਇੱਧਰ ਭਾਅ ਜੀ ਕੋਲ ਮਨਾਉਂਦਾ ਮੈਨੂੰ ਬਾਈ ਕੀ ਨਾਮ ਲੈ ਯਾਰ ਕਿਆ ਨਾਮ ਲੈ ਪਰੌਂਠੇ ਆ ਗਏ ਆਪਣੇ ਪਰ ਆਏ ਮਸਾਈਆਂ ਨਾ। ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਹਾਂ ਇੱਕ ਯਾਤਰਾ ਤੇ ਇੱਕ ਸਫ਼ਰ ਤੇ ਤੇ ਆਪਾਂ ਕਿੱਥੇ ਚੱਲੇ ਹਾਂ ਤੁਹਾਨੂੰ ਆਪਾਂ ਰਾਸਤੇ ਵਿੱਚ ਦੱਸਦੇ ਹਾਂ ਅਤੇ ਇਹ ਵਲੌਗ ਨੂੰ ਇੱਥੋਂ ਕਰਦੇ ਹਾਂ ਸਟਾਰਟ। ਲਓ ਭਾਈ ਨਵੀਂ ਯਾਤਰਾ ਦੀਆਂ ਤਿਆਰੀਆਂ ਚੱਲੇ ਚਲੋ ਚਲੋ ਟਾਈਮ ਹੋ ਗਿਆ 5 ਵਜੇ ਦਾ ਤੇ 3 ਚੜ ਗਿਆ ਹਾਂ ਵੀ ਲੋਟ ਹੋ ਆਪਾਂ ਹਾਈਵੇ ਤੇ ਨਹੀਂ ਗਏ ਕਿਉਂਕਿ ਹਾਈਵੇ ਤੇ ਲੱਗਿਆ ਹੋਇਆ ਸੀ ਕਿਸਾਨੀ ਧਰਨਾ ਤੇ ਕਿਸਾਨੀ ਧਰਨੇ ਕਰਕੇ ਰੋਡ ਤੇ ਜਿਹੜਾ ਹਾਈਵੇ ਤੇ ਉਹ ਬੰਦ ਸੀ ਤੇ ਆਪਾਂ ਆਹ ਰੋਡ ਜਾ ਰਹੇ ਹਾਂ। ਇਹ ਰੋਡ ਆਪਾਂ ਨੂੰ ਮੈਪ ਨੇ ਦੱਸਿਆ ਤੇ ਮੈਪ ਦੇ ਥਰੂ ਆਪਾਂ ਇੱਧਰ ਦੀ ਜਾ ਰਹੇ ਹਾਂ। ਬਾਕੀ ਆਪਣੇ ਸਾਹਮਣੇ ਵੀ ਗੱਡੀ ਜਾ ਰਹੀ ਹੈ ਤੇ ਐਵੇਂ ਦਾ ਰਸਤਾ ਤੇ ਲਓ ਜੀ ਆਪਾਂ ਹੋ ਗਏ ਹਰਿਆਣੇ 'ਚ ਐਂਟਰ ਤੇ ਆਹ ਆ ਗਿਆ ਹਰਿਆਣਾ। ਇੱਥੋਂ ਹਰਿਆਣਾ ਸ਼ੁਰੂ ਹੋ ਜਾਂਦਾ ਹਰਿਆਣੇ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਹਾਂ ਅਤੇ ਆਪਾਂ ਮੈਪ ਦੇ ਥਰੂ ਹੀ ਆਏ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿਉਂਕਿ ਉੱਧਰ ਕਿਸਾਨੀ ਧਰਨਾ ਲੱਗਿਆ ਸੀ ਉਹਦੇ ਕਰਕੇ ਹਾਈਵੇ। ਇਹ ਆਪਾਂ ਆ ਗਏ ਜਮੁਨਾ ਦਰਿਆ 'ਤੇ ਮੈਪ ਤਾਂ ਹੀ ਦੱਸ ਰਿਹਾ ਵੀ ਜਮੁਨਾ ਦਰਿਆ ਇਹ ਸਹੀ ਗੱਲ ਧੁੰਦ ਬਾਹਲੀ ਪੈ ਗਈ ਸਹਾਰਨਪੁਰ। ਲਓ ਵੀ ਆਹ ਢਾਬਾ ਮਿਡ ਵੇ ਪੁਆਇੰਟ ਫੈਮਿਲੀ ਢਾਬਾ ਹੈ। ਆਪਾਂ ਹੈਗੇ ਅਜੇ ਹਰਿਆਣੇ 'ਚ ਅਤੇ ਆਪਾਂ ਜਾ ਰਹੇ ਹਾਂ ਪਟਨਾ ਸਾਹਿਬ ਨੂੰ ਅਤੇ ਰਸਤੇ ਦੇਖਾਂਗੇ ਕਿਵੇਂ ਦਾ ਹੋਊਗਾ ਸਾਰਾ ਤੁਹਾਨੂੰ ਆਪਾਂ ਬਲੌਗ 'ਚ ਦਿਖਾਵਾਂਗੇ ਅਤੇ ਬਣੇ ਰਹੋ। ਅਸੀਂ ਆਹ ਢਾਬੇ 'ਤੇ ਰੁਕੇ ਹਾਂ ਸਾਡੇ ਕੋਈ ਬੰਦਾ ਹੀ ਨਹੀਂ ਆ ਰਿਹਾ ਟੋਕਰਾ ਕੋਈ ਮਿਲ ਪੁੱਛ ਕੱਪੜਾ ਫੇਰ ਦੀ ਯਾਰ ਸਾਫ਼ ਵੀ ਨਹੀਂ ਕਰਿਆ ਪਰੌਂਠੇ ਆ ਗਏ ਆਪਣੇ ਪਰ ਆਏ ਮਸਾਈਆਂ ਨਾ।
ਅਜੇ ਬਟਰ ਮੰਗਾਇਆ ਸੀ, ਬਟਰ ਨਹੀਂ ਆਇਆ ਹੈਗਾ, ਜਿਹਨੂੰ ਤਾਂ ਖਾ ਲੈਣਾ ਹੈਗਾ ਸੀ ਚੈਂਬਰ ਤੇ। ਬਾਕੀ ਉੱਧਰ ਭਾਈ ਉਹ ਬੱਸ ਆ ਗਈ, ਬੱਸ ਕਾ ਬੱਸ ਕਾ ਕੇ ਬਹੁਤ ਆਪਾਂ ਨੂੰ ਇਹ ਮੈਨੂੰ ਲੱਗਦਾ। ਉੱਠੋ ਪੋ ਭਾਈ, ਹੁਣ ਤਾਂ ਵਿਹਲੀ ਕਰਤੇ ਭਾਂਡੇ ਹੈ, ਕਰਦਾ ਪੈ ਗੋ ਆ ਜਾਓ। ਉੱਤਰਾਖੰਡ ਜਾਣ, ਉੱਤਰਾਖੰਡ 'ਚ ਲੈ ਭਾਈ ਕਹਿੰਦੇ ਉੱਤਰਾਖੰਡ 'ਚ ਪਹੁੰਚ ਗਏ, ਮੈਂ ਕਹਿੰਦੇ ਹਰਿਆਣੇ 'ਚ ਫਿਰਦੀਆਂ ਜੀ। ਕਿੰਨੇ ਨਾਗ ਆਪਾਂ, ਇੱਕ ਦੋ ਤਿੰਨ ਚਾਰ ਪੰਜ ਛੇਵਾਂ ਮੈਂ, ਸਹੀ ਗੱਲ ਆਪਾਂ ਛੇ ਜਾਣੇ ਆ, ਛੇ ਜਾਣੇ ਆਪਾਂ, ਨਾਗ ਗਿਣ ਲਿਆ ਕਰੂ ਨਾਗ ਪੂਰੇ, ਕੋਈ ਰਹਿ ਨਾ ਜਾਵੇ। ਆਪਾਂ ਰਸਤੇ ਰੁਕੇ ਜੀ, ਆਪਾਂ ਉੱਤਰਾਖੰਡ ਪਹੁੰਚ ਗਏ ਅਤੇ ਬਾਕੀ ਇੱਧਰ ਹਾਈਵੇ ਚੱਲਦਾ ਅਤੇ ਟਾਈਮ ਹੋ ਗਿਆ ਸਵੇਰ ਦੇ 8 ਵਜੇ ਦਾ। ਆਪਾਂ ਕਿੰਨੇ ਵਜੇ ਤੁਰੇ ਸੀ, 4 ਵਜੇ ਤੁਰੇ ਸੀ। ਚਲੋ ਵੱਧਦੇ ਹਾਂ ਅਗਲੇ ਸਫ਼ਰ ਵੱਲ। ਆਪਾਂ ਢਾਬੇ ਤੋਂ ਚੱਲ ਪਏ ਹਾਂ ਅਤੇ ਅੱਜ ਦੀ ਆਪਣੀ ਸਟੇਅ ਰਸਤੇ 'ਚ ਹੋਊਗੀ, ਜਿੱਥੇ ਵੀ ਆਪਣੀ ਸਟੇਅ ਹੋਊਗੀ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਦੱਸ ਦਾਂਗੇ। ਅਤੇ ਲਓ ਵੀ ਵੱਧਦੇ ਹਾਂ ਆਪਾਂ ਆਪਣੇ ਸਫ਼ਰ ਵੱਲ ਅਤੇ ਬਾਕੀ ਸਾਹਮਣੇ ਹਾਈਵੇ ਚੱਲਦਾ ਅਤੇ ਚੱਲਦੇ ਹਾਂ। ਲਓ ਭਾਈ, ਬੰਦਿਆਂ ਨੇ ਏਸੀ ਦੀਆਂ ਟਿਕਟਾਂ ਕੈਂਸਲ ਕਰਾ ਕੇ ਗਰਮੀ 'ਚ ਬਿਠਾਇਆ ਹੋਇਆ। ਇੱਧਰ ਬਾਹਰ ਨਿਕਲੇ, ਬਾਹਰ ਧੁੱਪਾਂ, ਅੰਦਰ ਹੀਟਰ ਲਾਇਆ ਹੋਇਆ, ਕੀ ਕਰੂ ਬੰਦਾ ਦੱਸ। ਗਲਤ ਗੱਲ ਆ ਬਈ, ਠੰਡਾ ਕਰੇ ਇੱਧਰ ਲਈ ਨਾ ਚੱਲਣਾ, ਹੀਟ ਹੀ ਚੱਲੀ ਜਾ ਵੀ ਆਹ ਚਲਾ ਦੇ, ਚਾਹੇ ਸਾਡਾ ਕੱਲਾ ਪੱਖਾ ਲਾ ਦੇ ਕੱਢ ਕਿੱਧਰ ਕੋਈ। ਨਹੀਂ ਉਹ ਤਾਂ ਵੱਡਾ ਸ਼ਹਿਰ ਆ, ਹੋਰ ਛੋਟਾ ਜਾ ਹੋਰ ਯਾਰ ਗਰਮੀ ਬਹੁਤ, ਇੱਕ ਤਾਂ ਬਾਹਰ ਗਰਮੀ ਇੱਕ ਅੰਦਰ ਗਰਮੀ, ਭਾਈ ਮੈਂ ਮੋਟਰਸਾਈਕਲ ਤੇ ਆ ਜਾਂਦੇ, ਗਰਮੀ ਬਹੁਤ ਆ, ਹੋਰ ਵੀ ਖੜ ਜੋ, ਸਹੀ ਗੱਲ। ਲਓ ਵੀ ਪਹੁੰਚ ਗਏ ਆਪਾਂ ਮਹਿੰਦਰਾ ਦੀ ਏਜੰਸੀ, ਵਾਓ ਬਾਈ ਵਾਓ ਬਾਈ, ਲਓ ਬਾਈ ਅਜੇ ਆਪਾਂ ਗਰਮ ਸ਼ਹਿਰ ਚ ਹੀ ਆ, ਅਜੇ ਹੱਲ ਹੋਇਆ ਨੀ, ਚੱਲ ਮਹਿੰਦਰਾ ਜਿੰਨੀ ਏਜੰਸੀ ਨੇ ਆਪਾਂ ਸਾਰੇ ਦੇਖਦੇ ਜਾਣਾ,
ਮੈਂ ਕਹਿੰਦਾ ਹੋ ਜਾਵੇ ਵਧੀਆ ਹੋਰ ਚੱਲ ਆ ਗਈ ਮਗਰ ਆਪਣੀ ਏਜੰਸੀ ਨਹੀਂ ਤਾਂ ਫਿਰ ਅਸੀਂ ਸਮਾਨ ਥੋੜਾ ਬਹੁਤਾ ਸ਼ਿਫਟ ਕਰਕੇ ਐਡਜਸਟਮੈਂਟ ਕਰਾਂਗੇ ਕੋਈ ਨਾ ਕੋਈ ਲਓ ਭਾਈ ਮਹਿੰਦਰਾ ਦੇ ਬਹਿ ਗਿਆ ਜੇ ਮੈਚ ਚੱਲਦਾ ਇੱਧਰ ਭਾਈ ਹੁਣ ਤਾਂ ਮੈਚ ਦੇਖਣ ਲੱਗ ਗਿਆ ਚੱਲ ਦੇਖਦੇ ਹਾਂ ਹੁਣ ਗੱਡੀ ਛੱਟ ਹੋ ਗਈ ਲਓ ਭਾਈ ਮਿਹਨਤ ਰਾਸ ਆ ਗਈ ਹੈ ਨਾ ਗੱਡੀ ਹੋ ਗਈ ਛੱਟ ਬਾਕੀ ਭਾਈ ਕਰਦਾ ਮੋਟਰੀ ਪਈ ਆ ਭਾਜੀ ਮਿਲਾ ਨਾ ਮੋਟਰੀ ਪਈ ਆ ਤੇਰੀ ਹੱਥ ਦੇ ਲੈਣਾ ਕੰਮ ਮੋਟਰੀ ਆ ਜੀ ਮੋਟਰ ਦਾ ਲਓ ਭਾਈ ਹੁਣ ਪਹੁੰਚ ਗਿਆ ਬਸ ਮਿਲੇ ਭਾਈ ਠੰਡ ਵੱਧ ਲੱਗਦੀ ਉਹ ਨਾ ਏਸੀ ਭਾਈ ਏਸੀ ਲੋਡ ਕਰਾਤਾ ਠੰਡ ਲੱਗਣ ਲੱਗ ਗਈ ਹੁਣ ਆਏ ਨਾ ਕਹਿੰਦੇ ਹੀਟਰ ਲਾਉਣਾ ਗੱਡੀ ਆਪਣੀ ਦਾ ਏ ਸੀ ਸੈੱਟ ਹੋ ਗਿਆ ਅਤੇ ਦੂਜੀ ਮਹਿੰਦਰਾ ਏਜੰਸੀ ਜਾ ਕੇ ਹੋਇਆ ਕਿਉਂਕਿ ਪਹਿਲੇ ਵਾਲੇ ਦਾ ਜਵਾਬ ਦਿੱਤਾ ਜੀ ਉਹਨੇ ਛੱਡਣੀ ਪੈਣੀ ਆ ਪਰ ਦੂਜੀ ਵਾਲੇ ਮਹਿੰਦਰਾ ਨੇ ਜਿਹੜੀ ਆਪਣੀ ਗੱਡੀ ਸੈੱਟ ਕਰਤੀ ਆਹ ਬਾਈਕ ਹੋ ਗਿਆ ਆਪਾਂ ਰਸਤੇ 'ਚ ਆਹ ਰੋਡ ਦੇ ਉੱਤੇ ਹਾਈਵੇ ਉੱਤੇ ਕੀ ਕੀ ਕਿਹਾ ਜੀ ਬਾਈ ਹੀਂਗ ਅਤੇ ਰਾਈ ਦਾ ਪਾਣੀ ਬਾਕੀ ਦੇਖਦੇ ਹਾਂ ਬਾਈ ਕੀ ਦਿੰਦਾ ਬਣਾ ਕੇ ਨਿੰਬੂ ਪਾ ਦੀ ਬਾਈ ਟਾਈਮ ਹੀ ਬਹੁਤ ਲਾਤਾ ਕਲਾਸ ਬਣਾਉਣ ਨੂੰ ਪਤਾ ਨਹੀਂ ਕੀ ਬਣਾ ਰਿਹਾ ਹੈ ਜਾਂ ਪੀ ਕੇ ਤਾਂ ਦੇਖ ਲਈਏ ਉਹ ਕੰਮ ਹੋ ਗਿਆ ਜ਼ੋਰ ਲੀ ਕੇ ਪੀਸੇ ਕਿਆ ਹੈ ਟਾਈਮ ਬਹੁਤ ਲਾਤਾ ਬਾਈ ਨੇ ਲੈ ਭਾਈ ਬਾਈ ਕਿੰਨਾ ਟਾਈਮ ਲੱਗ ਜੂ ਕਿੰਨਾ ਟਾਈਮ ਲੱਗ ਜੂ ਦੋ ਮਿੰਟ ਲੱਗਣ ਨਹੀਂ 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 ਉਹ ਵਧੀਆ ਚੀਜ਼ ਬਣਾ ਰਿਹਾ ਬਾਈ ਪੂਰੀ ਚੱਲ ਬਾਈ ਨੇ ਦੋ ਚੀਜ਼ਾਂ ਦਿੱਤੀਆਂ ਬਣਾ ਕੇ ਇੱਧਰ ਭਾਜੀ ਕੋਲੇ ਮੈਨੂੰ ਤਾਂ ਮੈਨੂੰ ਬਾਈ ਕੀ ਨਾਮ ਲੈ ਯਾਰਾ ਕਿਆ ਨਾਮ ਲੈ ਪਹਿਲੀ ਵਾਰ ਠੀਕ ਹੈ ਕਿਵੇਂ ਆ ਚਮਚਾ ਦੂਆ ਹੈਗਾ ਸਟੀਲ ਦਾ ਦੇਸੀ ਪੀ ਜਾਂਦੀ ਆ ਨੌਹਾਂ ਚ
ਯੂਪੀ ਚ ਆਪਾਂ ਤੇ ਯੂਪੀ ਦੇ ਆਲੇ ਦੁਆਲੇ ਏਦਾਂ ਦਾ ਖੁੱਲੇ ਖੇਤ ਬਾਕੀ ਰੋਡਾਂ ਦੀ ਗੱਲਬਾਤ ਇੱਕ ਨੰਬਰ ਹੈ ਨਾ ਨੀਂਦ ਕੱਢ ਲਈ ਮਨ ਲੱਗ ਗਿਆ ਬਾਕੀ ਐਵੇਂ ਦਾ ਰੋਡ ਆ ਸਾਰਾ ਬਾਕੀ ਲਖਨਊ ਦਿਖਾਉਣੇ ਆ ਤੈਨੂੰ ਜਾ ਕੇ ਬਾਕੀ ਫਿਰ ਲਓ ਵੀ 145 ਕਿਲੋਮੀਟਰ ਰਹਿ ਗਿਆ ਲਖਨਊ ਤੇ ਆਹ ਹਾਈਵੇ ਆ ਇਹ ਹਾਈਵੇ ਤੇ ਨਾ ਕੋਈ ਢਾਬਾ ਨਾ ਕੋਈ ਪੈਟਰੋਲ ਪੰਪ ਨਾ ਕੋਈ ਕੱਟ ਹਾਂ ਭਾਈ ਕਿਵੇਂ ਅਗਲੇ ਬੰਦੇ ਲੋਟ ਹੋ ਓਕੇ ਹੋ ਚਲ ਹੁਣ ਤਾਂ ਪਹੁੰਚਣਾ ਨੇ ਆਪਾਂ ਡੇਢ ਘੰਟੇ ਦੀ ਬਾਟ ਰਹਿ ਗਈ ਲਓ ਜੀ ਇਹ ਨੇ ਯੂਪੀ ਦਾ ਹਾਈਵੇ ਬਾਕੀ ਹਾਈਵੇ ਤੁਸੀਂ ਦੇਖ ਸਕਦੇ ਦੁਬਈ ਦਾ ਭੁਲੇਖਾ ਪੈਂਦਾ ਅਤੇ ਹਾਈਵੇ ਬਹੁਤ ਸੋਹਣੇ ਨੇ ਰੋਡ ਬਾਕੀ ਬਹੁਤ ਸੋਹਣੇ ਨੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਪੂਰੀ ਗੱਲਬਾਤ ਆ ਰੋਡਾਂ ਦੀ ਅਤੇ ਪੈਟਰੋਲ ਪੰਪ 'ਤੇ ਜੇ ਕੋਈ ਖਾਣ ਪੀਣ ਨੂੰ ਆਉਂਦਾ ਤਾਂ ਉਹ ਕਾਫੀ ਦੂਰ ਜਾ ਕੇ ਆਉਂਦਾ ਮਤਲਬ 200-300 ਕਿਲੋਮੀਟਰ ਕੱਢ ਕੇ ਫਿਰ ਇੱਕ ਪੈਟਰੋਲ ਪੰਪ 'ਤੇ ਕੁਛ ਖਾਣ ਪੀਣ ਨੂੰ ਆਉਂਦਾ ਅਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਸਹੀ ਗੱਲ ਆ ਲਓ ਵੀ ਇੱਥੇ ਚੱਲਦੇ ਆ ਗੱਡੀ ਆਟੋਮੈਟਿਕ ਹੈ ਇੱਥੇ ਜਾ ਗਲਾਸ ਰੱਖਦੇ ਰਹੇ ਉਹਨੂੰ ਡੁੱਲੂ ਹੋਣਾ ਪਾਣੀ ਦਾ ਭਰ ਕੇ ਇੱਥੇ ਚੱਲਦੀ ਨੇ ਭਾਈ ਹੋਰ ਲਓ ਭਾਈ 28 ਕਿਲੋਮੀਟਰ ਰਹਿ ਗਿਆ ਉਰੋਂ ਲਖਨਊ ਟਾਈਮ ਹੋ ਗਿਆ 5:30 ਦਾ ਲਓ ਵੀ ਲਖਨਊ ਨੂੰ ਇੱਥੋਂ ਆਪਾਂ ਰੋਡ ਨੇ ਇੱਧਰ ਨੂੰ ਕੱਢਤਾ ਭਾਈ ਸੈਡ ਤੇ ਇੱਥੋਂ ਆਪਾਂ ਹੁਣ ਲਖਨਊ ਜਾਵਾਂਗੇ ਇੱਥੇ ਭਾਈ 50 ਲਿਮਿਟ ਆ ਦੁਬਈ ਦੀ ਫੀਲਿੰਗ ਆਉਂਦੀ ਹੈ ਨਾ ਪੰਜਾਬ ਤੋਂ ਚੱਲ ਕੇ ਆਪਾਂ ਪਹੁੰਚ ਚੁੱਕੇ ਹਾਂ ਲਖਨਊ ਤੇ ਲਖਨਊ ਇੱਥੋਂ ਰਹਿ ਗਿਆ 7 ਕਿਲੋਮੀਟਰ ਆਪਾਂ ਤੁਹਾਨੂੰ ਸਾਰਾ ਸਫ਼ਰ ਬਲੌਗ ਦੇ ਵਿੱਚ ਦਿਖਾਇਆ ਪੰਜਾਬ ਤੋਂ ਲਖਨਊ ਦਾ ਅਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਅਤੇ ਆਪਣੀ ਯਾਤਰਾ ਚੱਲ ਰਹੀ ਹੈ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਆਪਾਂ ਪਟਨਾ ਸਾਹਿਬ ਜਾਣਾ ਅਤੇ ਬਾਕੀ ਆਉਣ ਵਾਲੇ ਬਲੌਗ 'ਚ ਆਪਾਂ ਤੁਹਾਨੂੰ ਸਾਰਾ ਇਹ ਸਫ਼ਰ ਦਿਖਾਵਾਂਗੇ ਸਾਰੀ ਯਾਤਰਾ ਤੁਹਾਨੂੰ ਆਪਾਂ ਦਿਖਾਵਾਂਗੇ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਅਤੇ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।